ਮੈਂ ਪਿੰਡ ਰਾਪੜ ਦਾ ਸਰਪੰਚ ਅਤੇ ਚੁਣਿਆ ਵੋਟਾਂ ਦਾ ਚੁਣਿਆ ਗਿਆ। ਮੈਂ ਉਹਨਾਂ ਵੋਟਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਹਨਾਂ ਨੇ ਮੈਨੂੰ ਵੋਟ ਪਾਈ ਜਾਂ ਨਹੀਂ ਪਾਈ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ। ਜੋ ਵੀ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦੀ ਆ ਜਿਹਨਾਂ ਨੇ ਮੈਨੂੰ ਵੋਟਾਂ ਪਾ ਕੇ ਸਰਪੰਚੀ ਦਾ ਮਾਣ ਬਖਸ਼ਿਆ, ਔਰ ਮੈਂ ਉਹਨਾਂ ਦੀਆਂ ਉਮੀਦਾਂ 'ਤੇ ਖੜਾ ਉਤਰਾਂਗਾ, ਜਿਹਨਾਂ ਨੇ ਵੱਧ ਤੋਂ ਵੱਧ ਆਪਣੇ ਵੱਲੋਂ ਯੋਗਦਾਨ ਪਾਵਾਂਗਾ। ਆਪਣੇ ਵੱਲੋਂ ਸੰਦੇਸ਼ ਦਿੰਦਾ ਹਾਂ ਕਿ ਨੌਜਵਾਨ ਬੱਚੇ ਜੋ ਨੌਜਵਾਨ ਵਰਗ ਪੀੜ੍ਹੀ ਹੈ ਉਹ ਨਸ਼ਿਆਂ ਨੂੰ ਧਕੇਲ ਕੇ ਖੇਡਾਂ ਦੇ ਵੱਲ ਧਿਆਨ ਦੇਣ, ਤਾਂ ਜੋ ਆਪਣੀ ਸਿਹਤ ਦਾ ਸੁਧਾਰ ਰੱਖੋ ਹੋ ਜਾਵੇ। ਸਾਡੇ ਪਿੰਡ ਵਿੱਚ ਗਲੀਆਂ ਵੀ ਹੈ, ਸੜਕਾਂ ਵੀ ਹੈ, ਬਹੁਤ ਅਧੂਰੀਆਂ ਹੈ। ਉਹਨਾਂ ਨੂੰ ਪਹਿਲ ਜੋ ਵੀ ਗਰਾਊਂਡ ਆਏਗੀ ਪਹਿਲੇ ਨਾਲ ਉਹ ਪਹਿਲਾਂ ਉਹਨਾਂ ਦਾ ਕੰਮ ਕੰਪਲੀਟ ਕਰਕੇ ਫਿਰ ਨਵਾਂ ਕੰਮ ਸ਼ੁਰੂ ਕੀਤਾ ਜਾਵੇਗਾ। ਔਰ ਆਪਣੇ ਪਰਿਵਾਰ ਵੱਲੋਂ 26 ਜਨਵਰੀ ਗਾਂਧੀ ਸ਼ਿਵ ਉੱਤੇ ਲੱਖ ਲੱਖ ਵਧਾਈ ਦਿੰਦਾ ਹਾਂ। ਇਹ ਅਰਦਾਸ ਕਰਦਾ ਹਾਂ ਕਿ ਸਾਡਾ ਦੇਸ਼ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਚੁਣਿਆ ਗਿਆ ਵਿਸ਼ਵਾਸ ਹੁੰਦਾ ਹੈ ਕਿ ਉਹਨਾਂ ਦੀ ਉਮੀਦਾਂ 'ਤੇ ਖੜਾ ਉਤਰਾਂਗਾ ਔਰ ਰਲ ਮਿਲ ਕੇ ਸਾਰੇ ਭਾਈਚਾਰਿਆਂ ਨਾਲ ਕੰਮ ਕਰਾਂਗਾ। ਵਰਗ ਨੂੰ ਮੈਂ ਇਹ ਸੰਦੇਸ਼ ਦਿੰਦਾ ਹਾਂ ਕਿ ਉਹ ਨਸ਼ਿਆਂ ਨੂੰ ਤਿਆਗ ਕੇ ਗੇਮਾਂ ਦੇ ਵੱਲ ਧਿਆਨ ਦੇਣ।